बेसिकली दिस इज़ टू शेयर विद यू, थोड़े नाल शेयर करना सी कि एक CIA दा ते साडे क्राइम विंग दा एक ऑपरेशन चल रहा सी काफ़ी दिनों तो। असी डिफरेंट जिहड़े केसेस इंपॉर्टेंट रीसेंट हैगे अपने, इनफैक्ट लास्ट उहदे विच जिहड़ा सी उह गुरु बाज़ार वाली जिहड़ी रॉबरी हुई हैगी है, उस तो पहलां वी एक हुई सी, एक गुरदीप पहलवान जिहड़े काउंसलर है उहनां दा मर्डर होया सीगा। सो इस सारे केसिस दे विच एक ग्रुप बड़ा एक्टिव रहा हैगा, तो उस ग्रुप दे डिफरेंट मैंबर्स ओवर टाइम कुछ पकड़े गए हैगे ते कुछ हजे रहिंदे हैगे। सो उस ऑपरेशन दे तहत ही अज कल रात नूं सानूं एक अच्छी सफलता मिली है। अमनप्रीत सिंह और फ्रिंका करके एक हैगा जिहड़ा कि इन्हां विचों तीन वारदातों दे विच, दो तीन वारदातों इस ते होर भी केसिस हैगे है ये इनवॉल्व हैगा, इहनूं पुलिस ने पार्टी ने फड़िया हैगा। ਇਹਦੇ ਨਾਲ ਇੱਕ ਰੋਹਿਤ ਸ਼ਰਮਾ ਨਾਂ ਦਾ ਲੜਕਾ ਹੈਗਾ, ਇਹ ਵੀ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ, ਇਹਨੂੰ ਵੀ ਫੜਿਆ ਹੈਗਾ। ਜਿਹੜੀ ਬਰੀਫ ਡਿਟੇਲਸ ਹੈਗੀਆਂ ਉਹ ਤੁਹਾਨੂੰ ਅਸੀਂ ਇਹ ਦੱਸਣਾ ਚਾਹਾਂਗਾ ਕਿ ਇਹਦੀ ਬੈਕਗਰਾਊਂਡ ਇਸ ਤਰ੍ਹਾਂ ਚੱਲ ਰਹੀ ਹੈ ਕਿ ਐਕਟੀਵਿਟੀਜ਼ ਕੁਛ ਪਿਛਲੇ 5-6 ਦਿਨਾਂ ਤੋਂ ਚੱਲ ਰਹੀ ਹੈਗੀ ਹੈ। ਪਹਿਲਾਂ ਵੀ ਸਾਡੀ ਮਤਲਬ ਓਪਰੇਸ਼ਨ ਕਾਫੀ ਲੰਬਾ ਚੱਲ ਰਿਹਾ ਸੀਗਾ, ਕੁਛ ਰਾਜਸਥਾਨ ਵਿੱਚ ਵੀ ਰੇਡਸ ਹੋਈਆਂ ਸੀ, ਪਾਰਟੀਜ਼ ਗਈਆਂ ਸੀ, ਹਿਮਾਚਲ ਵਿੱਚ ਵੀ ਹੋਈ ਸੀ, ਹੋਰ ਵੀ ਜਗ੍ਹਾ 'ਤੇ ਚੱਲ ਰਹੀ ਸੀ। ਬਟ ਪਿਛਲੇ 5-6 ਦਿਨਾਂ ਦੇ ਵਿੱਚ ਕੁਛ ਡਿਵੈਲਪਮੈਂਟਸ ਸਿਗਨੀਫਿਕੈਂਟ ਹੈਗੀਆਂ ਜੋ ਕਿ ਇਸ ਸਾਰੇ ਕੇਸ ਨਾਲ ਰਿਲੇਟਡ ਹੈਗੀਆਂ। ਇੱਕ ਡਿਵੈਲਪਮੈਂਟ ਇਹ ਹੋਈ ਹੈਗੀ ਹੈ ਕਿ ਇਹਦੇ 'ਚ ਇਹਨਾਂ ਦੇ ਹੀ ਨਾਲ ਦੇ ਲੜਕੇ ਦੋ ਜਿਹੜੇ ਹੈ ਉਹ ਦਿੱਲੀ ਪੁਲਿਸ ਨੇ ਪਕੜੇ ਹੈਗੇ। ਦਿੱਲੀ ਪੁਲਿਸ ਨੇ ਜਿਹੜੇ ਪਕੜੇ ਹੈ ਉਹਨਾਂ ਕੋਲੋਂ ਕੁਛ ਵੈਪਨ ਐਂਡ ਐਮੂਨੀਸ਼ਨ ਰਿਕਵਰ ਹੋਇਆ। ਉਹਨਾਂ ਦੀ ਪਾਰਟੀ ਰੇਡ ਕਰਨ ਆਈ ਸੀ ਕਿਉਂਕਿ ਉਹਨਾਂ ਕੋਲ ਇਨਫੋਰਮੇਸ਼ਨ ਸੀ ਕਿ ਇਹ ਹੋ ਸਕਦਾ ਹੈ ਸ਼ਹਿਰ ਵਿੱਚ ਹੀ ਦੁਬਾਰਾ ਆਵੇ, ਆਪਣੇ ਘਰ ਦੇ ਕੋਲ ਵੀ ਪਹੁੰਚੇ ਰਿੰਕਾ ਜਿਹੜਾ ਹੈਗਾ। ਅਸੀਂ ਕੱਲ੍ਹ ਰਾਤ ਨੂੰ ਸਾਡੀ ਇਨਫੋਰਮੇਸ਼ਨ ਡਿਵੈਲਪ ਹੋ ਰਹੀ ਸੀ, ਅਸੀਂ ਰਾਤ ਨੂੰ ਨਾਕੇ ਵਗੈਰਾ ਲਗਾਏ ਸੀ, ਸਪੈਸ਼ਲ ਨਾਕਾਬੰਦੀ ਕੀਤੀਆਂ ਸੀਗੀਆਂ, ਅਤੇ ਉਸ ਨਾਕਾਬੰਦੀ ਦੇ ਦੌਰਾਨ ਜਿਹੜੇ ਫਤਿਹਪੁਰ ਡਰੇਨ ਦੇ ਕੋਲ ਇੰਸਪੈਕਟਰ CIA ਇੰਚਾਰਜ ਇਹਨਾਂ ਦੀ ਪਾਰਟੀ ਨਾਲ ਉੱਥੇ ਉਹਨਾਂ ਨੇ ਫਾਇਰ ਵੀ ਕੀਤਾ ਇਸ ਗਰੁੱਪ ਨੇ, ਮੋਟਰਸਾਈਕਲ 'ਤੇ ਸੀਗੇ, ਫਿਰ ਰਿਟਰਨ ਫਾਇਰ ਹੋਇਆ ਅਤੇ ਇੱਕ ਬੰਦਾ ਉਹਦੇ 'ਚ ਇੰਜਰਡ ਹੈਗਾ, ਉਹਨੂੰ ਹੋਸਪਿਟਲ ਲੈ ਕੇ ਗਏ ਹੈਗੇ। ਫੋਲੋਅਪ ਇਨਵੈਸਟੀਗੇਸ਼ਨ ਇਹਦੀ ਚੱਲ ਰਹੀ ਹੈ। ਸੋ ਇਹਨਾਂ ਕੋਲੋਂ ਵੀ ਦੋ ਵੈਪਨਸ, ਦੋ ਪਿਸਟਲ ਅਤੇ ਨਾਲ ਮੋਟਰਸਾਈਕਲ ਹੈਗਾ। ਦਿੱਲੀ ਪੁਲਿਸ ਨੇ ਦੋ ਬੰਦੇ ਜਿਹੜੇ ਫੜੇ ਹੈਗੇ ਉਹਨਾਂ ਕੋਲੋਂ ਵੀ ਵੈਪਨ ਹੈ। ਇੱਕ ਨਵਾਂ ਗਰੁੱਪ ਵੀ ਇਹ ਫੋਰਮ ਕਰ ਰਿਹਾ ਸੀ ਰਿੰਕਾ ਨਾਲ ਦੀ ਨਾਲ, ਇਹਦੀ ਇਹ ਕੋਸ਼ਿਸ਼ ਸੀਗੀ ਕਿ ਅਸੀਂ ਨਾਲ ਦੀ ਨਾਲ ਇੱਕ ਇਸ ਗਰੁੱਪ ਨੂੰ ਫੋਰਮ ਕਰੀਏ। ਇਹਨਾਂ ਦੀ ਜਿਹੜੇ ਫੈਮਿਲੀ ਮੈਂਬਰਸ ਹੈਗੇ ਹੈ ਉਹ ਵੀ ਇਨਵੋਲਵ ਰਹੇ ਹੈ। ਅਸੀਂ ਇਹਨਾਂ ਦੀ ਮਦਰ ਨੂੰ ਅਤੇ ਇਹਨਾਂ ਤੋਂ ਕੁਛ ਪਹਿਲਾਂ ਹੀ ਅਰੈਸਟ ਪਾ ਕੇ ਆਲਰੇਡੀ ਜੇਲ੍ਹ ਵੀ ਭੇਜਿਆ ਹੈਗਾ। ਸੋ ਇਹ ਸਾਰਾ ਪ੍ਰੋਸੈਸ ਚੱਲ ਰਿਹਾ ਸੀ। ਇੱਕ ਲਿੰਕਡ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਇਹ ਹੈਗੀ ਹੈ ਕਿ ਇਹਨਾਂ ਦੇ ਹੀ ਗਰੁੱਪ ਦਾ ਇੱਕ ਰਜਤ ਮਲਹੋਤਰਾ ਹੈ, ਇਲੀਆਸ ਕਰਨ ਮਸਤੀ ਜਿਹਨੂੰ ਕਹਿੰਦੇ ਹੈਗੇ, ਉਹਦੀ ਵੀ ਗਾਜ਼ੀਆਬਾਦ ਦੇ ਏਰੀਆ ਦੇ ਵਿੱਚ ਇੱਕ ਗੱਡੀ ਦੇ ਡਿੱਕੀ ਵਿੱਚੋਂ ਉਹਦੀ ਬਾਡੀ ਰਿਕਵਰ ਹੋਈ, ਕੁਛ ਇੰਜਰੀ ਮਾਰਕਸ ਵੀ ਹੈਗੇ ਉਹਦੇ 'ਤੇ। ਸਾਡੀ ਪੁਲਿਸ ਪਾਰਟੀ ਉੱਥੇ ਪਹੁੰਚ ਗਈ ਹੈ, ਉਹਨਾਂ ਨਾਲ ਅਸੀਂ ਇੰਟਰੈਕਟ ਕਰ ਰਹੇ ਹੈਗੇ ਹਾਂ। ਇੱਕ ਉਹਦੇ 'ਚ ਉਹਨੇ ਕੋਈ ਆਧਾਰ ਕਾਰਡ ਬਣਾਇਆ ਹੋਇਆ ਸੀਗਾ ਕਿਸੇ ਹੋਰ ਨਾਂ 'ਤੇ, ਉੱਥੋਂ ਫਿਰ ਇਹ ਗੱਡੀ ਲਿੰਕੇਜ ਅਤੇ ਗੱਡੀ ਦੀ ਲਿੰਕੇਜ ਤੋਂ ਇਹਦੀ ਆਈਡੈਂਟੀਫਿਕੇਸ਼ਨ ਹੋਈ ਹੈਗੀ ਹੈ। ਕਲੀਅਰ ਕੱਟ ਆਈਡੈਂਟੀਫਿਕੇਸ਼ਨ ਐਸਟੈਬਲਿਸ਼ ਕਰਨ ਲਈ ਅਸੀਂ ਵੀ ਆਪਣੀ ਪਾਰਟੀ ਭੇਜੀ ਹੈਗੀ ਹੈ, ਅਤੇ ਇਹਦੇ ਜਿਹੜੇ ਟੈਟੂ ਮਾਰਕਸ ਨੋਨ ਹੈਗੇ ਸਾਡੇ ਇੰਟਰੋਗੇਸ਼ਨ ਰਿਪੋਰਟਸ ਵਿੱਚ ਵੀ ਪੁਰਾਣੇ ਆਏ ਹੈਗੇ, ਉਸ ਤੋਂ ਇਹ ਕਨਫਰਮ ਕਰ ਲਿਆ ਗਿਆ ਹੈਗਾ ਕਿ ਉਹ ਕਰਨ ਮਸਤੀ ਦੀ ਹੀ ਬਾਡੀ ਹੈਗੀ ਹੈ ਉੱਥੇ। ਨਾਓ ਦੇਰ ਆਰ ਟੂ ਕਾਇੰਡਸ ਆਫ ਪੋਸੀਬਿਲਿਟੀਜ਼। ਵਨ ਪੋਸੀਬਿਲਿਟੀਜ਼ ਕਿਉਂਕਿ ਜਿਹੜੀ ਹਜੇ ਤੱਕ ਦੀ ਪ੍ਰੀਲਿਮਨਰੀ ਇੰਟਰੋਗੇਸ਼ਨ ਹੈ, ਬਾਕੀ ਡਿਟੇਲ ਇੰਟਰੋਗੇਸ਼ਨ ਤੋਂ ਬਾਅਦ ਅਸੀਂ ਦੱਸਾਂਗੇ ਕਰਾਂਗੇ, ਉਹ ਇਹ ਆ ਰਹੀ ਸੀਗੀ ਕਿ ਇਹ ਆਈਦਰ ਇਹਨਾਂ ਦੇ ਆਪਸ 'ਚ ਗਰੁੱਪ 'ਚ ਕੋਈ ਨਾ ਕੋਈ ਕਨਫਲਿਕਟ ਹੋਇਆ ਹੈਗਾ, ਬਿਕੋਜ਼ ਜ਼ਿਆਦਾਤਰ ਗੋਲਡ ਨੂੰ ਮੈਨੇਜ ਕਰਨ ਦਾ, ਡਿਸਪੋਜ਼ ਕਰਨ ਦੀ ਰਿਸਪੋਂਸੀਬਿਲਟੀ ਵੀ ਇਸੇ ਰਜਤ ਮਲਹੋਤਰਾ ਇਲੀਆਸ ਕਰਨ ਮਸਤੀ ਦੀ ਸੀਗੀ, ਐਂਡ ਹੀ ਵਾਜ ਮੋਸਟ ਲਾਈਕਲੀ ਇਨ ਪੋਜੈਸ਼ਨ ਆਫ ਸਮ ਆਫ ਦੀ ਮੇਜਰ ਪੋਰਸ਼ਨ ਆਫ ਦੈਟ ਲੂਟ ਸਟਿਲ ਵਿਦ ਹਿਮ। ਡਿਸਪੋਜ਼ ਆਫ ਇਹ ਜ਼ਿਆਦਾ ਨਹੀਂ ਹਜੇ ਤੱਕ ਕਰ ਪਾਏ ਹੈਗੇ, ਬਿਕੋਜ਼ ਦੇਰ ਹੈਵ ਬੀਨ ਅਲਰਟ ਅਰਾਊਂਡ ਦ ਡਿਫਰੈਂਟ ਸਿਟੀਜ਼। ਦੂਸਰੀ ਪੋਸੀਬਿਲਟੀ ਇਹ ਹੈਗੀ ਹੈ ਕਿ ਕਿਸੇ ਹੋਰ ਗਰੁੱਪ ਨੇ ਵੀ, ਕਿਉਂਕਿ ਇਹਨਾਂ ਦਾ ਥੋੜ੍ਹਾ ਜਿਹਾ ਆਪਣਾ ਆਪਸ 'ਚ ਗਰੁੱਪਬਾਜ਼ੀ ਵੀ ਚੱਲਦੀ ਹੈ, ਹੋ ਸਕਦਾ ਕਿਸੇ ਹੋਰ ਗਰੁੱਪ ਨੇ ਵੀ ਇਹਨਾਂ ਨੂੰ ਕੀਤਾ ਹੋਇਆ, ਕਿਉਂਕਿ ਇਹ ਉੱਥੇ ਇਕੱਠੇ ਹੋਏ ਹੈ, ਕੁਛ ਨਵਾਂ ਗਰੁੱਪ ਫੋਰਮ ਕਰ ਰਹੇ ਹੈ, ਨਵੇਂ ਵੈਪਨਸ ਅਰੇਂਜ ਕਰ ਰਹੇ ਹੈਗੇ ਹੈ। ਇੱਕ UP ਦੇ ਵਿੱਚ ਜੌਨਪੁਰ ਏਰੀਆ ਦਾ ਬੰਦਾ ਕੋਈ ਫਿਗਰ ਹੋ ਰਿਹਾ ਜੋ ਅਸੀਂ ਇਹਦੇ 'ਚ ਹਜੇ ਇਨਵੈਸਟੀਗੇਟ ਕਰ ਰਹੇ ਹੈਗੇ ਹਾਂ। ਸੋ ਇਹ ਸਾਰਾ ਕਰਕੇ ਐਂਡ ਲੇਟੈਸਟ ਇਨਫੋਰਮੇਸ਼ਨ ਪਲੈਨਿੰਗ ਇਹ ਸੀ ਵੀ ਇਹ 5-6 ਦਾ ਜਿਹੜਾ ਨਵਾਂ ਗਰੁੱਪ ਬਣ ਰਿਹਾ ਸੀ, ਇਹਨਾਂ ਨੇ ਅੰਮ੍ਰਿਤਸਰ ਆ ਕੇ ਦਿਵਾਲੀ ਤੋਂ ਪਹਿਲਾਂ ਕੁਛ ਇੱਕ ਵਾਰਦਾਤਾਂ ਕਰਨ ਦੀ ਇਹਨਾਂ ਦੀ ਤਿਆਰੀ ਸੀ, ਇੰਟੈਂਸ਼ਨ ਸੀਗੀ। ਇਸੇ ਕਰਕੇ ਅਸੀਂ ਇਹ ਟ੍ਰੈਪਸ ਵੀ ਲਗਾਏ ਸੀਗੇ ਅਤੇ ਇਨਫੋਰਮੇਸ਼ਨ ਨੂੰ ਡਿਵੈਲਪ ਕਰ ਰਹੇ ਸੀ। ਸੋ ਆਈ ਮਸਟ ਮੈਂਸ਼ਨ ਐਂਡ ਕੰਪਲੀਮੈਂਟ
कि जड़ी क्राइम विंग दी टीम है एसीपी इन्वेस्टिगेशन ने पर्सनली सारे ऑपरेशंस नू मॉनिटर कर रहे हैगे इंस्पेक्टर सीआईए एंड डीसीपी इन्वेस्टिगेशन ते इन्हां दी टीम ने ये अच्छी सफलता भी हाजिर की है ते इहदे नाल शहर दे विच जिहड़े क्राइम हो रहा सी उहदे ते कंट्रोल भी आ जाएगा। मैं क्या काफ़ी सारे लोग गिरफ्तार हो चुके हैं हुण इंपॉर्टेंट जिहड़े ग्रुप विच जिहड़े बंदे रह गए उहदे विच इक शुभम इज वन की परसन जो कि हजे रहिंदा हैगा वी आर वर्किंग ऑन इट। इहदी मदर वगैरह दी इनवॉल्वमेंट भी सपोर्ट देन होर चीज़ां चाहिए है सो वी आर टेकिंग लीगल एक्शन अकॉर्डिंग टू दैट एंड दो बंदे होर हैगे एक अरुण शुरी मार हैगा एक अंग्रेज हैगा सो वी आर वर्किंग ऑन दीज पीपल एंड वी आर वर्किंग। अभी एज आई टोल्ड यू कि वी हैव जस्ट अरेस्टेड वन ऑफ देम इज इंजर्ड सो वी विल फॉलो अप द टू पर्संस। हाँ जी दो इतों असी फड़े हैगे ते दो मैं दस्या कि पहला इन्हां दे ही ग्रुप दे दिल्ली पुलिस ने फड़े उन्हां दे नाम तुहानू दस देने एक वैसे दीप करके हैगा ते एक होर है दो हैगे ना फॉलो अप द लीड्स वी आर इन टच विद गाजियाबाद यूपी पुलिस आल्सो एंड वी विल फॉलो अप विद दिल्ली पुलिस आल्सो वी विल नीड टू वर्क टुगेदर एंड फाइंड द फर्दर।